ਭਾਰਤੀ ਹਵਾਈ ਸੈਨਾ ਦੀ ਇਹ ਸਟ੍ਰਾਈਕ 2 ਤੋਂ ਬਾਅਦ ਦੋਨਾਂ ਦੇਸ਼ਾਂ ਵਿਚਕਾਰ ਤਣਾਅ ਕਾਇਮ ਹੈ। ਭਾਰਤ ਦੀ ਜਵਾਬੀ ਕਾਰਵਾਈ ਇਸ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਦੀ ਬੌਖਲਾਹਟ ਸਾਹਮਣੇ ਆ ਗਈ ਹੈ। ਭਾਰਤ ਸਰਕਾਰ ਨੇ ਸਰਹੱਦੀ ਇਲਾਕਿਆਂ ਅਤੇ ਹਵਾਈ ਅੱਡਿਆਂ ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਪੰਜਾਬ ਸਮੇਤ 5 ਸ਼ਹਿਰਾਂ 'ਚ ਹਾਈ ਅਲਰਟ ਜਾਰੀ ਕੀਤਾ ਗਿਆ। ਪੰਜਾਬ ਦੇ ਅੰਦਰ ਪੁਲਿਸ ਬਲ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਇਸ ਤੋਂ ਇਲਾਵਾ ਜੰਮੂ ਕਸ਼ਮੀਰ ਅਤੇ ਪੰਜਾਬ ਦੀ ਸੀਮਾ ਤੇ ਪੈਂਦੇ ਕਸਬਾ ਮਾਧੋਪੁਰ ਵਿੱਚ ਪੁਲਿਸ ਪੋਸਟ ਨੂੰ ਆਰਮੀ ਦੇ ਹਵਾਲੇ ਕਰ ਦਿੱਤਾ ਗਿਆ। ਇਹ ਪੋਸਟ ਜੰਮੂ ਕਸ਼ਮੀਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੀ ਹੈ। ਦੱਸਦੀ ਹੈ ਕਿ ਜੰਮੂ ਕਸ਼ਮੀਰ ਨੂੰ ਭਾਰਤ ਨਾਲ ਜੋੜਨ ਵਾਲਾ ਇਹ ਮੁੱਖ ਮਾਰਗ ਹੈ। ਇਸ ਦੇ ਚੱਲਦੇ ਸੁਰੱਖਿਆ ਦੇ ਇੰਤਜ਼ਾਮ ਸਖ਼ਤ ਕਰ ਦਿੱਤੇ ਗਏ। ਪੁਲਵਾਮਾ ਹਮਲੇ ਤੋਂ ਬਾਅਦ ਸਾਡੀ ਸਰਕਾਰ ਨੇ ਇੰਡੀਅਨ ਏਅਰ ਫੋਰਸ ਨੇ ਇਹਨਾਂ ਨੂੰ ਜਵਾਬ ਦਿੱਤਾ ਪਾਕਿਸਤਾਨ ਨੂੰ, ਔਰ ਇਹਨਾਂ ਦੇ ਜਿਹੜੇ ਬੰਕਰ ਜਿਹੜੇ ਆਤੰਕਵਾਦੀ ਸਿਫਰ ਜਿਹੜੇ ਉਹ ਖਤਮ ਕੀਤੇ ਨਾ, ਜਿਹਦੇ ਕਾਰਨ ਪਾਕਿਸਤਾਨ ਜਿਹੜਾ ਮੁਕਲਾ ਗਿਆ, ਮੁਕਲਾਟ ਮੇ ਆ ਗਿਆ। ਔਰ ਅਬ ਉਸੀ ਮੁਕਲਾਟ ਕਾ ਨਤੀਜਾ ਕਿ ਪਾਕਿਸਤਾਨ ਉਲਟ ਪੁਲਟ ਆਪਣੇ ਜਵਾਬ ਦੇ ਰਿਹਾ, ਔਰ ਜਿਸਕੇ ਤਹਿਤ ਹਮਾਰੇ ਮਾਧੋਪੁਰ ਮੇ ਜਹਾਂ ਪੁਲਿਸ 24 ਘੰਟੇ ਤੈਨਾਤ ਹੋਤੀ ਹੈ, ਔਰ ਆਜ ਆਰਮੀ ਵੀ ਯਹਾਂ ਪੂਰੀ ਤਰ੍ਹਾਂ ਤੈਨਾਤੀ ਕੀ ਗਈ ਹੈ, ਤਾਂ ਕਿ ਹਮ ਪੂਰੀ ਤਰ੍ਹਾਂ ਸੁਚੇਤ ਰਹੇ। ਔਰ ਆਰਮੀ ਕੇ ਸਾਥ ਸਾਥ ਹਮਾਰੇ ਜੋ ਸਿਵਲੀਅਨ ਲੋਕ ਹੈ ਵੋ ਵੀ ਆਰਮੀ ਕੇ ਸਾਥ ਹੈ, ਬਿਲਕੁਲ ਆਪਣੇ ਦੇਸ਼ ਕੇ ਸਾਥ ਹੈ। ਜਹਾਂ ਵੀ ਹਮਾਰੀ ਜ਼ਰੂਰਤ ਪੜੇਗੀ ਹਮ ਆਰਮੀ ਕੇ ਸਾਥ ਹੈ, ਆਪਣੇ ਪ੍ਰਸ਼ਾਸਨ ਕੇ ਸਾਥ ਹੈ, ਦੇਸ਼ ਕੇ ਸਾਥ ਹੈ। ਪਾਕਿਸਤਾਨ ਤੋਂ ਮੂੰਹ ਤੋੜ ਜਵਾਬ ਇਸਕਾ ਹਮਲ ਕਰ ਦਿਆ ਜਾਏਗਾ ਅਗਰ ਪਾਕਿਸਤਾਨ ਨੇ ਕੁਛ ਵੀ ਐਸੀ ਐਸੀ ਘਟਨਾ ਕੀ ਤੋਂ। ਜੈ ਹਿੰਦ, ਜੈ ਭਾਰਤ। ਉਧਰ ਦੂਜੇ ਪਾਸੇ ਮੋਗਾ ਵਿੱਚ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਮੋਗਾ ਤੋਂ ਪਾਕਿਸਤਾਨ ਦਾ ਹੁਸੈਨੀਵਾਲਾ ਬਾਰਡਰ 60 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਮੋਗਾ ਵਿੱਚ ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮਾਹੌਲ ਬਣਿਆ ਹੋਇਆ ਭਾਰਤ ਦਾ ਪਾਕਿਸਤਾਨ ਦਾ, ਉਹਦੇ ਸੰਬੰਧ ਵਿੱਚ ਹਾਈ ਅਲਰਟ ਹੈਗਾ। ਇਹ ਹਾਈ ਅਲਰਟ ਦੇ ਨਾਲ ਅਸੀਂ ਸਾਰੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਅਤੇ ਅਸੀਂ ਜਿਹੜੇ ਹੈਗੇ ਆ ਚੈਕਿੰਗ ਵਹੀਕਲਾਂ ਕਰੀ ਜਾਂਦੇ ਹਾਂ। ਜੋ ਅਣਪਛਾਤੇ ਵਹੀਕਲ ਆਉਂਦੇ ਆ, ਕੋਈ ਅਣਪਛਾਤੇ ਲੋਕ ਆਉਂਦੇ ਹੈ, ਉਹਨਾਂ ਨੂੰ ਚੈੱਕ ਕਰ ਰਹੇ ਹਾਂ ਤਾਂ ਕਿ ਸਾਰੀ ਮਾਹੌਲ ਠੀਕ ਰਹੇ, ਆਪਣਾ ਅਮਨ ਚੈਨ ਰਹੇ, ਕਿਸੇ ਤਰ੍ਹਾਂ ਦੀ ਕਿਸੇ ਨੂੰ ਦਿੱਕਤ ਨਾ ਆਏ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤਿਆਂ 'ਚ ਖਟਾਸ ਆ ਗਈ ਹੈ, ਜਿਸ ਦੇ ਚੱਲਦੇ ਦੋਨਾਂ ਦੇਸ਼ਾਂ ਤੋਂ ਇੱਕ ਦੂਜੇ ਦੇ ਖਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪਠਾਨਕੋਟ ਤੋਂ ਦਵਿੰਦਰ ਸੋਢੀ, ਮੋਗਾ ਤੋਂ ਜਸ ਵਰਮਾ ਦੀ ਰਿਪੋਰਟ, ਟੈਲੀਪੋਸਟ ਪੰਜਾਬੀ।